ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਜੀਤ ਸਿੰਘ, ਪਿੰਡ ਮੁਲਕਪੁਰ ਦਾ ਮੌਜੂਦਾ ਸਰਪੰਚ ਹਾਂ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ। ਮੈਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਅਤੇ ਮੈਨੂੰ ਸਰਪੰਚ ਬਣਾਇਆ। ਮੈਂ ਉਹਨਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰਾ ਉਤਰਾਂਗਾ ਅਤੇ ਵੱਧ ਤੋਂ ਵੱਧ ਕੇ ਉਹਨਾਂ ਦੀ ਸੇਵਾ ਕਰਾਂਗਾ। ਮੈਨੂੰ 5 ਲੱਖ ਰੁਪਇਆ ਗ੍ਰਾਂਟ ਕੱਚੇ ਦਰਖਤਾਂ ਦੇ ਡੇਰੇ ਵਾਸਤੇ ਮਿਲੀ ਸੀ, ਉਹਦਾ ਕੰਮ ਚੱਲ ਰਿਹਾ ਹੈ। ਕੁਝ ਕੰਮ ਹੋ ਗਿਆ ਹੈ ਅਤੇ ਕੁਝ ਹੋਣ ਵਾਲਾ ਹੈ, ਉਹ ਪਹਿਲ ਦੇ ਆਧਾਰ 'ਤੇ ਕਰ ਰਹੇ ਹਾਂ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ, ਸਾਡੇ ਕੰਮ ਬਹੁਤ ਅਧੂਰੇ ਨੇ ਜੋ ਹੋਣ ਵਾਲੇ ਨੇ, ਇਹਨਾਂ ਕੰਮਾਂ 'ਤੇ ਗੌਰ ਕੀਤਾ ਜਾਵੇ ਅਤੇ ਮੁਲਕਪੁਰ ਪਿੰਡ ਨੂੰ ਗ੍ਰਾਂਟ ਦਿੱਤੀ ਜਾਵੇ ਜੋ ਕਿ ਮੈਂ ਪਿੰਡ ਦਾ ਸਾਰਾ ਕੰਮ ਤਹਿ ਦਿਲੋਂ ਹੋ ਕੇ ਕਰ ਸਕਾਂ। ਪੰਜਾਬ ਦੀ ਜ਼ਮੀਨ ਸੀ, ਉਹਦੇ ਵਿੱਚੋਂ 2.5 ਏਕੜ ਜ਼ਮੀਨ ਆਪਾਂ ਖੇਡਾਂ ਵਾਸਤੇ ਗਰਾਊਂਡ ਛੱਡੀ ਹੋਈ ਆ ਅਤੇ ਲੋਕਾਂ ਨੂੰ ਇਹੋ ਅਪੀਲ ਕੀਤੀ ਜਾਂਦੀ ਹੈ ਵੀ ਨਸ਼ਿਆਂ ਤੋਂ ਰਹਿਤ ਰਹੋ ਅਤੇ ਖੇਡੋ ਅਤੇ ਪਿੰਡ ਦਾ ਨਾਂ ਰੋਸ਼ਨ ਕਰੋ। ਮੈਂ ਸਰਕਾਰ ਅੱਗੇ ਅਪੀਲ ਕਰਦਾ ਹਾਂ, ਨਾ ਸਾਡੇ ਪਿੰਡ ਵਿੱਚ ਕੋਈ ਡਿਫੈਂਸ ਡਿਸਪੈਂਸਰੀ ਆ, ਨਾ ਕੋਈ ਹਸਪਤਾਲ ਹੈ, ਨਾ ਕੋਈ ਇਸ ਦਾ ਖਾਸ ਪ੍ਰਬੰਧ ਹੈ। ਜੋ ਕਿ ਗਰੀਬ ਬਹੁਤ ਜ਼ਿਆਦਾ ਹਨ, ਬਾਰਡਰ ਏਰੀਏ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਕੋਈ ਸਹੂਲਤ ਨਹੀਂ ਲੈ ਰਹੀ ਹੈ। ਬਹੁਤ ਹੀ ਧੰਨਵਾਦੀ ਹਾਂ ਅੰਮ੍ਰਿਤਪਾਲ ਬੋਨੀ ਜੀ ਦਾ, ਪਾਰਲੀਮੈਂਟ ਸਕੱਤਰ ਸਾਹਿਬ ਦਾ, ਬਾਦਲ ਸਾਹਿਬ ਦਾ, ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜੀ, ਜਿਨ੍ਹਾਂ ਨੇ ਮੈਨੂੰ ਗ੍ਰਾਂਟ ਮੁਹੱਈਆ ਕਰਵਾਈ ਆ ਅਤੇ ਮੈਂ ਲੋਕਾਂ ਦਾ ਵਿਕਾਸ ਕਰ ਰਿਹਾ। ਮੈਂ ਬਹੁਤ ਧੰਨਵਾਦੀ ਹਾਂ ਨੈਸ਼ਨਲ ਵਾਲਿਆਂ ਦਾ ਜੋ ਸਾਡੇ ਪਿੰਡ ਵਿੱਚ ਆਏ ਅਤੇ ਸਾਡੀਆਂ ਇਹਨਾਂ ਮੁਸ਼ਕਲਾਂ ਸੁਣੀਆਂ। ਇਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹ ਸਾਡੇ ਪਿੰਡ ਵਿੱਚ ਨਗਰ 'ਚ ਆਏ।